ਪੇਸ਼ਤੂਨੀਆਂ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਵੀ ਜਿਹੜੇ ਆਂਡੇ ਜਾਂ ਚਿਕਨ ਹੈ ਉਹਦੀ ਪ੍ਰੋਪਰਲੀ ਕੁਕਿੰਗ ਹੋਈ ਹੋਣੀ ਚਾਹੀਦੀ ਹੈ ਵੀ ਜਿਵੇਂ ਕਿ ਆਪਾਂ ਚਿਕਨ ਪਕਾਣੇ ਆ ਉਹਦਾ ਟੈਂਪਰੇਚਰ ਜਿਹੜਾ 70 ਡਿਗਰੀ ਤੋਂ ਅਬਵ ਹੋਣਾ ਚਾਹੀਦਾ ਹੈ ਆਂਡੇ ਹੈ ਜਿਹੜੇ ਉਹ ਚੰਗੀ ਤਰ੍ਹਾਂ ਬੋਇਲ ਹੋਣੇ ਚਾਹੀਦੇ ਨੇ ਇਨਸਾਨਾਂ ਦੇ ਵਿੱਚ ਅੱਜ ਤੱਕ ਆਪਣੇ ਮੁਲਕ ਦੇ ਵਿੱਚ ਕੋਈ ਵੀ ਕੇਸ ਜਿਹहां ਨਹੀਂ ਰਿਪੋਰਟ ਕੀਤਾ ਗਿਆ ਬਰਡ ਫਲੂ ਦਾ ਹਿਊਮਨਸ ਦੇ ਵਿੱਚ ਜੇ ਆਪ ਮਾਰੀ ਐਂਟਰ ਕਰਦੀ ਹੈ ਤਾਂ ਸਪਰੈਡ ਬੜੀ ਜਲਦੀ ਹੁੰਦੀ ਹੈ ਇੱਕ ਬਰਡ ਤੋਂ ਦੂਸਰੇ ਬਰਡ ਤੱਕ ਤੇ ਸਿਮਿਲਰ ਏਜ ਗਰੁੱਪ ਦੇ ਹੁੰਦੇ ਨੇ ਸਿਮਿਲਰ ਟਾਈਪ ਦੀ ਇਮਿਊਨਿਟੀ ਹੁੰਦੀ ਹੁੰਦੀ ਉਹਨਾਂ ਦੀ ਤੇ ਜੇ ਫਾਰਮ ਦੇ ਐਂਟਰੈਂਸ ਹੋ ਜੇ ਫਿਰ ਥੋੜੀ ਆਪਾਂ ਨੂੰ ਪਰੇਸ਼ਾਨੀ ਕਰ ਸਕਦੀ ਹੈ ਆਪਾਂ ਨੂੰ ਬਿਲਕੁਲ ਡਰਨ ਦੀ ਗੱਲ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਕਈ ਵਾਰੀ ਤਾਂ ਸ਼ਿਕਾਇਤ ਤੁਸੀਂ ਵੇਖ ਰਹੇ ਹੋ ਦੈਲਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਿਫਾਲੀ ਬਰਡ ਫਲੂ ਦਿਨ-ਬਿਨ ਇਸ ਦੀਆਂ ਸੁਰਖੀਆਂ ਬੰਦੀਆਂ ਹੀ ਜਾ ਰਹੀਆਂ ਨੇ ਕਿਉਂਕਿ ਸੁਰਖੀਆਂ ਦੇ ਵਿੱਚ ਬਰਡ ਫਲੂ ਦਾ ਹਰ ਵਾਰ ਜ਼ਿਕਰ ਹੋ ਰਿਹਾ ਵੈ ਕੋਵਿਡ ਕਰਕੇ ਸਭ ਤੋਂ ਪਹਿਲਾਂ ਲੋਕਾਂ ਨੂੰ ਡਰ ਸੀਗਾ ਉਹਨਾਂ ਦੇ ਮਨ ਦੇ ਵਿੱਚ ਹੁਣ ਕੋਵਿਡ ਹੌਲੀ-ਹੌਲੀ ਜਾਣ ਲੱਗਾ ਇੱਕ ਵਾਰ ਅਸੀਂ ਸੈਕੰਡ ਵੇਵ ਆ ਰਹੀ ਹੈ ਪਰ ਇਸ ਦੇ ਨਾਲ ਹੀ ਬਰਡ ਫਲੂ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਨੇ ਇਸ ਦੇ ਬਾਰੇ ਸਾਡੇ ਨਾਲ ਗੱਲ ਕਰਨ ਦੇ ਲਈ ਕਿ ਕੀ ਹਾਲਾਤ ਨੇ ਕਿ ਪੰਜਾਬ ਦੇ ਵਿੱਚ ਬਲੌਡ ਫਲੂ ਆ ਚੁੱਕਾ ਹੋਇਆ ਵੈ ਜਾਂ ਕਿਸ ਤਰੀਕੇ ਦੇ ਨਾਲ ਬਰਡ ਫਲੂ ਦੇ ਨਾਲ ਜਿਹੜੇ ਪੋਲਟਰੀ ਫਾਰਮਸ ਵਾਲੇ ਆ ਉਹ ਡੀਲ ਕਰ ਸਕਦੇ ਨੇ ਇਸ ਦੇ ਬਾਰੇ ਗੱਲ ਕਰਨ ਦੇ ਲਈ ਸਾਡੇ ਨਾਲ ਅੱਜ ਵਾਸਤੇ ਡਾਕਟਰਸ ਮੌਜੂਦ ਸਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ 베ਦੀ ਅਤੇ ਡਾਕਟਰ ਰਜਨੀਸ਼ ਸਾਡੇ ਨਾਲ ਮੌਜੂਦ ਹੈ ਸਤਿ ਸ਼ਕਲ ਸਰ ਸਤਿ ਸ਼ਕਲ ਮੈਡਮ ਸਰ ਬਰਡ ਫਲੂ ਜਿਸ ਤਰੀਕੇ ਦੇ ਨਾਲ ਹੁਣ ਸੁਰਖੀਆਂ ਹੈਡਲਾਈਨਸ ਬਣੀਆਂ ਹੋਈਆਂ ਨੇ ਕਿ ਬਰਡ ਫਲੂ ਪੰਜਾਬ ਦੇ ਵਿੱਚ ਆ ਰਿਹਾ ਹੈ ਜਾਂ ਹੁਣ ਹਿਟ ਕਰ ਰਿਹਾ ਹੈ ਸੋ ਕਰੰਟ ਸਿਨੈਰੀਓ ਕੀ ਹੈ ਇਸ ਚੀਜ਼ ਨੂੰ ਲੈ ਕੇ ਅਤੇ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਕਿਸ ਤਰੀਕੇ ਦਾ ਹੈ ਬਰਡ ਫਲੂ ਅਗੇ ਵਧਦਾ ਅ ਪਹਿਲੇ ਤੇ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਬਰਡ ਫਲੂ ਹੈ ਨੈਚੁਰਲੀ ਇੱਕ ਬਰਡ ਫਲੂ ਬਿਮਾਰੀ ਦਾ ਨਾਮ ਹੈ ਤੇ ਇਹ ਬਰਡਸ ਵਿੱਚ ਪਾਈ ਜਾਂਦੀ ਹੈ ਜਿੰਨਾ ਚ ਵੀ ਮਾਈਗਰੇਟਰੀ ਬਰਡਸ ਆ ਗਏ ਵਾਈਲਡ ਬਰਡਸ ਆ ਗਏ ਜਾਂ ਆਪਣੀ ਪੋਲਟਰੀ ਆ ਗਈ ਜਾਂ ਟਰਕੀਜ਼ ਆ ਗਈਆਂ ਉਹਨਾਂ ਦੀ ਇੱਕ ਬਿਮਾਰੀ ਹੈ ਇਹ ਪਹਿਲੀ ਵਾਰੀ ਨਹੀਂ ਇਹ ਪਹਿਲੇ ਵੀ ਇੰਡੀਆ 'ਚ ਰਿਪੋਰਟ ਹੋ ਚੁੱਕੀ ਹੈ ਜਾਂ ਇਵਨ ਇੰਡੀਆ ਦੇ ਜਿਹੜੇ ਸਰਾਊਂਡਿੰਗ ਕੰਟਰੀਜ਼ ਨੇ ਬੰਗਲਾਦੇਸ਼ ਹੋ ਗਿਆ ਚਾਈਨਾ ਹੋ ਗਿਆ ਇਹਨਾਂ ਵਿੱਚ ਵੀ ਇਹ ਬਿਮਾਰੀ ਆ ਚੁੱਕੀ ਹੈ ਪਹਿਲੇ ਵੀ ਤੇ ਇਸ ਟਾਈਮ ਜਿਹੜੀ ਹੈ ਆ ਕਾਫੀ ਸੁਰਖੀਆਂ ਵਿੱਚ ਜਾਂ ਨਿਊਜ਼ ਵਿੱਚ ਆ ਰਿਹਾ ਵੀ ਬਰਡ ਫਲੂ ਨੇ ਜਿਹੜਾ ਹਿੱਟ ਕੀਤਾ ਇੰਡੀਆ ਨੂੰ ਪ੍ਰੈਜ਼ੈਂਟਲੀ ਇੰਡੀਆ ਦੀਆਂ ਪੰਜ ਸਟੇਟਸ ਵਿੱਚ ਹਲੇ ਤੱਕ ਬਿਮਾਰੀ ਜਿਹੜੀ ਹੈ ਉਹ ਹਿੱਟ ਕੀਤੀ ਹੈ ਜਿਨ੍ਹਾਂ ਚੋਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਤੇ ਕੇਰਲਾ ਤੇ ਜਿਵੇਂ ਕਿ ਆਪਾਂ ਪੰਜਾਬ 'ਚ ਬੈਠੇ ਆ ਸੋ ਨੇਚਰਲੀ ਪੰਜਾਬ ਦੇ ਜਿਹੜੇ ਫਾਰਮਰਸ ਨੇ ਉਹਨਾਂ ਦੀ ਥੋੜੀ ਉਤੇਜਨਾ ਵਧੇਗੀ ਕਿਉਂਕਿ ਪੰਜਾਬ ਦੇ ਸਰౌండిਂਗ ਸਟੇਟਸ ਵਿੱਚ ਜਿਹੜੀ ਕਿ ਡਿਜ਼ੀਜ਼ ਰਿਪੋਰਟ ਕੀਤੀ ਗਈ ਹੈ ਬਟ ਪੰਜਾਬ ਵਿੱਚ ਅੱਲੇ ਡਿਜ਼ੀਜ਼ ਰਿਪੋਰਟ ਨਹੀਂ ਕੀਤੀ ਗਈ ਬਟ ਪੰਜਾਬ ਚ ਜਿਵੇਂ ਹਰੀਕੇ ਸਾਹਬ ਹੈ ਜਾਂ ਕੁਝ ਹੋਰ ਹੈ ਉਹ ਜਿਹੜੀਆਂ ਜਗ੍ਹਾ ਨੇ ਜਿੱਥੇ ਕਿ ਮਾਈਗਰੇਟਰੀ ਬਰਡਸ ਆਉਂਦੇ ਨੇ ਤੋਂ ਸਾਨੂੰ ਉਸ ਜਗ੍ਹਾ ਤੇ ਆਪਣੀ ਵਿਜੀਲੈਂਸ ਥੋੜੀ ਸਟਰੋਂਗ ਕਰਨੀ ਪਏਗੀ ਤਾਂ ਕਿ ਆਪਾਂ ਉਥਾ ਕੁਝ ਕੋਈ ਆਬਜ਼ਰਵੇਸ਼ਨ ਕਰਦੇ ਆ ਕੋਈ ਅਨਨੈਚੁਰਲ ਡੈਥਸ ਹੁੰਦੀਆਂ ਬਰਡਸ ਦੀਆਂ ਕੋਈ ਜਿਆਦਾ ਨੰਬਰ ਚ ਬਰਡਸ ਮਰ ਰਹੇ ਨੇ ਤਾਂ ਉਹ ਆਪਾਂ ਨੂੰ ਇਮੀਡੀਏਟਲੀ ਉਥੇ ਜਾ ਕੇ ਰਿਪੋਰਟ ਉਹਦੀ ਦੇਖਣੀ ਪਏਗੀ ਤੇ ਉਹਨਾਂ ਦੇ ਸੈਂਪਲ ਲੈ ਕੇ ਜਿਹੜੇ ਅੱਗੇ ਭੇਜਨੇ ਪੈਣਗੇ ਤਾਂ ਕਿ ਜੇ ਆਪਾਂ ਉਹ ਸਟੇਜ ਵਿੱਚ ਡਿਜ਼ੀਜ਼ ਨੂੰ ਫੜ ਲਾਂਗੇ ਤੇ ਆਪਣੇ ਪੋਲਟਰੀ ਫਾਰਮਾਂ ਦੇ ਵਿੱਚ ਆਪਾਂ ਕੁਝ ਸਿਕਿਉਰਿਟੀ ਮੀਜਰਸ ਲਾ ਦਾਂਗੇ ਤਾਂ ਆਪਣੇ ਪੋਲਟਰੀ ਫਾਰਮਾਂ ਵਿੱਚ ਇਹਦੀ ਜਿਹੜੀ ਆਮਦ ਉਹਨੂੰ ਆਪਾਂ ਬਚਾ ਸਕਾਂਗੇ ਇਹਨਾਂ ਵੀ ਕਈ ਵਾਰ ਕਿਉਂਕਿ ਨੰਬਰ ਫਲੂ ਦਾ ਪੂਰੇ ਮੇਰੇ ਖਿਆਲ ਨਾਲ ਵਿਸ਼ਵ ਭਰ ਦੇ ਵਿੱਚ ਕਾਫੀ ਫੇਮਸ ਹੈ ਅਤੇ ਕਾਫੀ ਲੋਕਾਂ ਨੂੰ ਡਰਾਉਂਦਾ ਵੀ ਹੈ ਕਿ ਡਰਨ ਵਾਲੀ ਗੱਲ ਹੈ ਇਸ ਦੇ ਵਿੱਚ ਕਿ ਨਹੀਂ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਅਕਸਰ ਡਰ ਜਾਂਦੇ ਕਿ ਹੁਣ ਮੀਟ ਅਤੇ ਇਹ ਚੀਜ਼ਾਂ ਨਹੀਂ ਖਾਵਾਂਗੇ ਇੰਨਾਂ ਚੀਜ਼ਾਂ ਦਾ ਉਪਯੋਗ ਨਹੀਂ ਕਰਾਂਗੇ ਇਹੋ ਦੀ ਕੋਈ ਗੱਲ ਨਹੀਂ ਵੀ ਆਪਾਂ ਜੇ ਡਰ ਕੇ ਚਿਕਨ ਜਾਂ ਮੀਟ ਜਾਂ ਆਪਾਂ ਅੰਡੇ ਖਾਣੇ ਛੱਡ ਦਈਏ ਕਿਉਂਕਿ ਅ ਜਿਵੇਂ ਕਿ ਪਹਿਲੇ ਵੀ ਅਸੀਂ ਡਿਸਕਸ ਕੀਤਾ ਹੈ ਵੀ ਜਿਹੜਾ ਇਹ ਟਾਈਮ ਚੱਲੰ데요 ਇਹਦੇ ਵਿੱਚ ਸਾਨੂੰ ਆਪਣੀ ਇਮਿਊਨਿਟੀ ਸਗੋ ਬੂਸਟ ਕਰਨੀ ਚਾਹੀਦੀ ਹੈ ਠੀਕ ਹੈ ਤਾਂ ਉਹਦੇ ਵਾਸਤੇ ਚਿਕਨ ਇੱਕ ਵਧੀਆ ਪ੍ਰੋਟੀਨ ਦਾ ਸੋਰਸ ਹੈ ਅੰਡੇ ਪ੍ਰੋਟੀਨ ਦਾ ਸੋਰਸ ਨੇ ਜਿਹੜੇ ਕਿ ਸਾਡੀ ਇਮਿਊਨਿਟੀ ਨੂੰ ਵਧਾਉਂਦੇ ਨੇ ਈਵਨ ਕੋਰੋਨਾ ਦੇ ਟਾਈਮ 'ਚ ਵੀ ਜਦੋਂ ਇਹੋ ਜਿਹੇ ਕੁਝ ਨਿਊਜ਼ ਆਈਆਂ ਸੀ ਉਦੋਂ ਗਵਰਨਮੈਂਟ ਨੇ ਸਪੈਸ਼ਲ ਐਡਵੋਕੇਸੀ ਕੀਤੀ ਵੀ ਚਿਕਨ ਤੇ ਜਿਹੜੀ ਆ ਅੰਡੇ ਐ ਦੇ ਵਰ ਦੇ ਵਰ ਨੀਡ ਟੂ ਬੀ ਇਨਕਲੂਡਡ ਇਨ ਦਾ ਹਿਊਮਨ ਡਾਈਟ ਈਵਨ ਹਸਪੀਟਲਸ ਦੇ ਵਿੱਚ ਵੀ ਐਗ ਜਿਹੜੇ ਸੀ ਉਹ ਪੇਸ਼ੈਂਟਸ ਨੂੰ ਦਿੱਤੇ ਜਾ ਰਹੇ ਸੀ ਜਿਹੜੇ ਕਰੋਨਾ ਨਾਲ ਸਫਰ ਸੀ ਕਰ ਰਹੇ ਸੀ ਬਟ ਹਾਂ ਇੱਕ ਚੀਜ਼ ਦਾ ਧਿਆਨ ਰੱਖਣਾ ਪਏਗਾ ਵੀ ਜਿਹੜੇ ਆਂਡੇ ਜਾਂ ਚਿਕਨ ਹੈ ਉਹਦੀ ਪ੍ਰੋਪਰਲੀ ਕੁਕਿੰਗ ਹੋਈ ਹੋਣੀ ਚਾਹੀਦੀ ਹੈ ਵੀ ਜਿਵੇਂ ਕਿ ਆਪਾਂ ਚਿਕਨ ਪਕਾਣੇ ਆ ਉਹਦਾ ਟੈਂਪਰੇਚਰ ਜਿਹੜਾ 70 ਡਿਗਰੀ ਤੋਂ ਅਬੋਵ ਹੋਣਾ ਚਾਹੀਦਾ ਹੈ ਆਂਡੇ ਹੈ ਜਿਹੜੇ ਉਹ ਚੰਗੀ ਤਰ੍ਹਾਂ ਬੋਇਲ ਹੋਣੇ ਚਾਹੀਦੇ ਨੇ ਜਾਂ ਫਰਾਈ ਹੋਣੇ ਚਾਹੀਦੇ ਨੇ ਮਤਲਬ ਆਪਾਂ ਨੂੰ ਕੱਚੇ ਮਾਸ ਤੋਂ ਜਾਂ ਕੱਚੇ ਆਂਡਿਆਂ ਤੋਂ ਪਰਹੇਜ਼ ਕਰਨਾ ਪਏਗਾ ਜਿੰਨੀ ਦੇਰ ਇਹ ਸਾਰੀਆਂ ਸੁਰਖੀਆਂ ਚੱਲਦੀਆਂ ਪਈਆਂ ਇਹਨਾਂ ਦੀਆਂ ਅ ਬਿਮਾਰੀਆਂ ਕਿ ਇਹ ਇਨਸਾਨਾਂ ਦੇ ਵਿੱਚ ਵੀ ਰੀਡਾਇਰੈਕਟ ਹੋ ਜਾਂਦਾ ਇਨਸਾਨਾਂ ਦੇ ਵਿੱਚ ਵੀ ਆ ਜਾਂਦਾ ਜਿਸ ਤਰੀਕੇ ਦੇ ਨਾਲ ਜੇ 70 ਡਿਗਰੀ ਸੈਲਸੀਅਸ ਤੋਂ ਘੱਟ ਵਿੱਚ ਅਸੀਂ ਕੁੱਕ ਕਰਾਂਗੇ ਜਾਂ ਕੱਚੇ ਅੰਡੇ ਅੰਡੇ ਦਾ ਸੇਵਨ ਕਰਾਂਗੇ ਦੇਖੋ ਜੇ ਆਪਾਂ ਗੱਲ ਕਰੀਏ ਇਨਸਾਨਾਂ ਦੇ ਵਿੱਚ ਅੱਜ ਤੱਕ ਆਪਣੇ ਮੁਲਕ ਦੇ ਵਿੱਚ ਕੋਈ ਵੀ ਕੇਸ ਜਿਹहां ਨਹੀਂ ਰਿਪੋਰਟ ਕੀਤਾ ਗਿਆ ਬਰਡ ਫਲੂ ਦਾ ਹਿਊਮਨਸ ਦੇ ਵਿੱਚ ਸੋ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਵੀ ਦੱਸਿਆ ਆਪਾਂ ਨੂੰ ਆਪਾਂ ਨੂੰ ਬਿਲਕੁਲ ਡਰਨ ਦੀ ਗੱਲ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਕਈ ਵਾਰੀ ਲੋਕੇ ਡਰ ਜਾਂਦੇ ਨੇ ਸਾਡੇ ਜਿਹੜੀ ਪਬਲਿਕ ਹੈ ਉਹ ਬਹੁਤ ਸੂਝਵਾਨ ਆ ਜਿਹੜਾ ਅੱਜ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਸਟਮਰ ਹੈਗਾ ਬਹੁਤ ਸੂਝਵਾਨ ਆ ਉਹਨੂੰ ਨੌਲੇਜ ਆ ਉਹਨੂੰ ਆਪਣੀ ਨੌਲੇਜ ਦੇ ਵਿੱਚ ਹੋਰ ਵਾਧਾ ਕਰਕੇ ਈਵਨ ਅਫਵਾਹਾਂ ਤੋਂ ਬਚ ਕੇ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕੁਕਿੰਗ ਪ੍ਰੋਪਰ ਕਰਕੇ ਅੰਡੇ ਉਬਾਲ ਕੇ ਕੱਚੇ ਨਾ ਖਾਦੇ ਜਾਣ ਤੇ ਇਹ ਚੀਜ਼ ਨੂੰ ਫੋਲੋ ਕਰਕੇ ਬਚੇ ਇਸ ਚੀਜ਼ ਨੂੰ ਫੋਲੋ ਕਰਕੇ ਅਸੀਂ ਜਿਹੜੀ ਹੈਗੀ ਹੈ ਇਹ ਬਿਮਾਰੀ ਬਿਲਕੁਲ ਨਹੀਂ ਹੁੰਦੀ ਠੀਕ ਹੈ ਜੀ ਸੋ ਬਰਡ ਫਲੂ ਦਾ ਡਰ ਜਿਹੜਾ ਹੈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਡਰਨਾ ਨਹੀਂ ਚਾਹੀਦਾ ਬਿਲਕੁਲ ਵੀ ਇਸ ਦੇ ਨਾਲ ਜਿਹੜੀ ਪੋਇਟਰੀ ਫਾਰਮਿੰਗ ਕਰਦੇ ਆ ਕਿਉਂਕਿ ਪੋਇਟਰੀ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਭਾਰਤ ਭਰ ਦੇ ਵਿੱਚ ਦੇ ਦੇਖੀ ਬਹੁਤ ਲੋਕ ਇਸ ਦੇ ਉੱਤੇ ਡਿਪੈਂਡੈਂਟ ਨੇ ਅਤੇ ਕੀ ਇਹ ਵੇਵ ਜਦੋਂ ਚੱਲਦੀ ਹੈ ਬਰਡ ਫਲੂ ਦੀ ਤਾਂ ਕੀ ਅਸਰ ਹੁੰਦਾ ਵੈ ਕਿ ਉਸ ਦਾ ਨੁਕਸਾਨ ਉਹਨਾਂ ਨੂੰ ਹੈ ਜਿਹੜਾ ਭੁਗਤਣਾ ਪੈਂਦਾ ਵੈ ਅਤੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਵਿੱਚ ਨਹੀਂ ਫੈਲਦਾ ਪਰ ਲੋਕਾਂ ਇੱਚ ਡਰ ਜ਼ਰੂਰ ਆ ਜਾਂਦਾ ਅ ਦੇਖੋ ਜਿਹੜਾ ਪੋਲਟਰੀ ਫਾਰਮਰ ਹੈਗਾ ਆਪਣਾ ਪੰਜਾਬ ਦਾ ਬੜਾ ਸੂਝਵਾਨ ਆ ਆਪਾਂ ਨੇ ਇਹ ਪੋਲਟਰੀ ਫਾਰਮਰ ਨੂੰ ਥੋੜਾ ਜਿਹਾ ਹੋਰ ਸੁਚੇਤ ਹੋਣ ਦੀ ਲੋੜ ਆ ਕਿ ਅਸੀਂ ਆਪਣਾ ਜਿਹੜੀ ਬਾਇਓ ਸਿਕਿਉਰਿਟੀ ਆ ਉਹਦਾ ਧਿਆਨ ਰੱਖੀਏ ਜਿਹੜਾ ਆਪਣਾ ਪੋਲਟਰੀ ਫਾਰਮ ਨੇ ਉਹਦੇ ਵਿੱਚ ਸਾਫ਼ ਸਵੱਈ ਦਾ ਧਿਆਨ ਰੱਖੀਏ ਹਾਈਜੀਨ ਦਾ ਧਿਆਨ ਰੱਖੀਏ ਉਸ ਪੋਲਟਰੀ ਫਾਰਮ ਦੇ ਵਿੱਚ ਜੇ ਕੋਈ ਵੀ ਬਾਹਰੋਂ ਅਣਜਾਣ ਵਿਅਕਤੀ ਆਂਦਾ ਹੈ ਜਾਂ ਕੋਈ ਅਣਜਾਣ ਗੱਡੀ ਆਂਦੀ ਹੈ ਉਸ ਦੀ ਜਿਹੜੀ ਐਂਟਰੀ ਹੈ ਉਹ ਨਹੀਂ ਹੋਣੀ ਚਾਹੀਦੀ ਜੇ ਉਹ ਜ਼ਰੂਰੀ ਹੈ ਤਾਂ ਉਹਦੇ ਟਾਇਰ ਵਗੈਰਾ ਜਿਹੜੇ ਹਨ ਗੱਡੀਆਂ ਦੇ ਕੋਈ ਵੀ ਟੈਂਪੂ ਹੈ ਜਾਂ ਟਰਾਲੀ ਹੈ ਚੰਗੀ ਤਰ੍ਹਾਂ ਧੋ ਕੇ ਤੇ ਫੇਰ ਅੰਦਰ ਹੋਣ ਅੰਦਰ ਜਾਣ ਕਿਉਂਕਿ ਜਿੰਨਾ ਸੀ ਇਹ ਚੀਜ਼ ਦਾ ਧਿਆਨ ਰੱਖ ਲਾਂਗੇ ਬਿਮਾਰੀ ਬਾਹਰੋਂ ਅੰਦਰ ਜਾਏਗੀ ਨਹੀਂ ਸਾਡਾ ਪੰਜਾਬ ਅੱਜ ਦੇ ਰੇਟ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇਸ ਤੋਂ ਬਚਿਆ ਹੈ ਤੇ ਅਸੀਂ ਚਾਹਦੇ ਹਾਂ ਕਿ ਬਚਿਆ ਰਹੇ ਫਾਰਮਰ ਸੁਚੇਤ ਹੋ ਕੇ ਆਪਣੇ ਜਿਹੜੀ ਆਪਣਾ ਪੋਲਟਰੀ ਫਾਰਮ ਨੇ ਉੱਥੇ ਜਿਹੜੇ ਪੰਛੀ ਨੇ ਉਹਨਾਂ ਦੀ ਜਿਹੜੀ ਆਪਣੀ ਫੀਡ ਹੈ ਜਾਂ ਉਹਨਾਂ ਦਾ ਜਿਹੜਾ ਰਾਸ਼ਨ ਹੈ ਉਹਦਾ ਧਿਆਨ ਰੱਖਣ ਵਧੀਆ ਰਾਸ਼ਨ ਪਾਣ ਵਿਟਾਮਿਨਸ ਹੋਣ ਮਿਨਰਲਸ ਹੋਣ ਉਹਨਾਂ ਦੀ ਇਮਿਊਨਿਟੀ ਬੂਸਟ ਹੋਵੇ ਪਾਣੀ ਜਿਹੜਾ ਹੈ ਫ੍ਰੀਕੁਐਂਟਲੀ ਫਰੈਸ਼ ਉਹਨਾਂ ਨੂੰ ਮਿਲਦਾ ਰਹੇ ਉਹਨਾਂ ਨੂੰ ਆਪਾਂ ਸਰਦੀ ਤੋਂ ਠੰਡ ਤੋਂ ਬਚਾ ਕੇ ਰੱਖੀਏ ਉਸ ਤੋਂ ਇਲਾਵਾ ਆਪਣੇ ਜਿਹੜੇ ਫਾਰਮਰ ਉੱਥੇ ਕੰਮ ਕਰਦਾ ਜਾਂ ਕੋਈ ਕੰਮ ਆ ਉੱਥੇ ਕੰਮ ਕਰਦਾ ਉਹ ਵੀ ਆਪਣੀ ਇੰਦਾ ਧਿਆਨ ਰੱਖੇ ਤੇ ਇਹ ਸਾਰੀਆਂ ਗੱਲਾਂ ਨੂੰ ਆਪਾਂ ਦੇ ਧਿਆਨ ਰੱਖਾਂਗੇ ਤੇ ਆਪਾਂ ਬਿਲਕੁਲ ਇਸ ਚੀਜ਼ ਤੋਂ ਬਚੇ ਰਵਾਂਗੇ ਸੋ ਡਰਨ ਦੀ ਗੱਲ ਨਹੀਂ ਹੈ ਸਗੋਂ ਸੁਚੇਤ ਹੋਣ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਹਰ ਵਾਰ ਜਦੋਂ ਬਰਡ ਫਲੂ ਆਂਦਾ ਵਾ ਇੰਡਸਟਰੀ ਇੰਡਸਟਰੀ ਨੂੰ ਕਿੰਨਾ ਕੁ ਨੁਕਸਾਨ ਜਿਹੜਾ ਉਹੋ ਭੁਗਤਣਾ ਪੈਂਦਾ ਵਾ ਕਿ ਇੰਨੇ ਜਿਹੜੇ ਬਰਡਸ ਨੇ ਉਹ ਮਰੇ ਜਾਂਦੇ ਆ ਡਿਜ਼ੀਜ਼ ਦਾ ਕਾਰਨ ਬਰਡ ਫਲੂ ਹਮੇਸ਼ਾ ਦੱਸਿਆ ਜਾਂਦਾ ਵਾ ਡਿਜ਼ੀਜ਼ ਦਾ ਨਾਮ ਕਿੰਨਾ ਕੁ ਇਫੈਕਟ ਕਰਦਾ ਹਮੇਸ਼ਾ ਪੋਲਟਰੀ ਇੰਡਸਟਰੀ ਦੇਖੋ ਪੋਲਟਰੀ ਇੰਡਸਟਰੀ ਨੂੰ ਇਫੈਕਟ ਹੁੰਦਾ ਹੈ ਤਾਂ ਹੀ ਤਾਂ ਅਸੀਂ ਇਹ ਸੁਨੇਹਾ ਦੇ ਰਹ ਜਿਹੜਾ ਕੰਜ਼ਿਊਮਰ ਹੈ ਉਹਨੂੰ ਡਰਨ ਦੀ ਬਿਲਕੁਲ ਗੱਲ ਨਹੀਂ ਆਪਣਾ ਪਕਾ ਕੇ ਮਾਸ ਅੰਡੇ ਜਿਹੜੇ ਹਨ ਕੁਕ ਕਰਕੇ ਪ੍ਰੋਪਰਲੀ ਬੋਇਲਡ ਕਰਕੇ ਖਾਦੇ ਜਾ ਡਰਨ ਦੀ ਗੱਲ ਨਹੀਂ ਕਿਉਂਕਿ ਜਿਹੜਾ ਇਹ ਆਪਣੀ ਕਮਿਊਨਿਟੀ ਹੈ ਆਪਣੀ ਪੋਲਟਰੀ ਇੰਡਸਟਰੀ ਆਪਣੀ ਹੈ ਉਹਨੂੰ ਨੁਕਸਾਨ ਨਾ ਹੋਵੇ ਸੋ ਜੇ ਅਸੀਂ ਸੁਚੇਤ ਰਵਾਂਗੇ ਸਾਡੇ ਪੋਲਟਰੀ ਫਾਰਮਰ ਸੁਚੇਤ ਰਵਾਂਗੇ 그러면은 ਰਹਿਣਗੇ ਕੰਜ਼ਿਊਮਰ ਸੁਚੇਤ ਰਹਿਣਗੇ ਤੇ ਇਹ ਜਿਹੜਾ ਹੈਗਾ ਨੁਕਸਾਨ ਤੋਂ ਬਚਾ ਰਵੇਗਾ ਪੰਜਾਬ ਦੇ ਵਿੱਚ ਵੀ ਐਕਸਪੋਰਟ ਹੁੰਦਾ ਵੈ ਜਿਸ ਦੇ ਕਾਰਨ ਕਿਉਂਕਿ ਐਕਸਪੋਰਟ ਇੰਪੋਰਟ ਜੇ ਹੋਏਗਾ ਤਾਂ ਇਸ ਦਾ ਜਿਹੜਾ ਵਾਧਾ ਹੋ ਸਕਦਾ ਹੈ ਅੱਜ ਦੀ ਰੇਟ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਾਇਓ ਸਿਕਿਉਰਟੀ ਦਾ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਅੱਜ ਦੀ ਰੇਟ ਦੇ ਵਿੱਚ ਜਿਹੜਾ ਇਹ ਹੈ ਕਿ ਕਿਉਂਕਿ ਸਾਡੀਆਂ ਜੜੀਆਂ ਨਾਲ ਵਾਲੀਆਂ ਜਿਹੜੀਆਂ ਸਟੇਟਸ ਨੇ ਜਿੱਦਾਂ ਹਰਿਆਣਾ ਹੋ ਗਿਆ ਜਾਂ ਆਪਣਾ ਹਿਮਾਚਲ ਹੋ ਗਿਆ ਉੱਥੇ ਜਿਹੜੇ ਹੈਗੇ ਆ ਪੰਛੀਆਂ ਦੇ ਵਿੱਚ ਹੀ ਵੇਖੀ ਗਈ ਹੈ ਸੋ ਚੀਜ਼ ਦਾ ਧਿਆਨ ਰੱਖ ਕੇ ਖਜੇ ਜਿਹੜੀ ਉਹ ਐਂਟਰੈਂਸ ਹੈਗੀ ਆ ਉਹਦਾ ਆਪਾਂ ਨੂੰ ਸਟੌਪ ਜਾਂ ਉਹਦੇ ਤੇ ਮਤਲਬ ਵੇਖਣਾ ਪਵੇਗਾ ਕਿ ਉਹਦੇ ਤੇ ਰੋਕ ਹੋਵੇ ਜਾਂ ਰੁਕਿਆ ਜਾਵੇ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਕਿਉਂਕਿ ਇਹ ਚੀਜ਼ ਹੁੰਦੀ ਹੈ ਡਰ ਹੁੰਦਾ ਵੈ ਅਤੇ ਇਸ ਨੂੰ ਲੈ ਕੇ ਸਟਾਕ ਜਿਹੜਾ ਹੈ ਉਹ ਇਕੱਠਾ ਹੁੰਦਾ ਰਹਿੰਦਾ ਬਲਕ ਵਿੱਚ ਹੁੰਦਾ ਰਹਿੰਦਾ ਜਿਸ ਕਰਕੇ ਪ੍ਰਾਈਸਿਸ ਵੀ ਬਹੁਤ ਡੇ ਕੇ ਜਾਂਦੇ ਹੈ ਅਤੇ ਕਿਤੇ ਨਾ ਕਿਤੇ ਉਹ ਵੀ ਹਾਨੀਕਾਰਕ ਹੈ ਨਾ ਇੰਡਸਟਰੀ ਦੇ ਲਈ ਨਹੀਂ ਉਹ ਤੁਸੀਂ ਇੱਥੇ ਠੀਕ ਕਹਿ ਰਹੇ ਹੋ ਬਟ ਜਿਵੇਂ ਕਿ ਉਹ ਸਟਾਕ ਇਸ ਲਈ ਇਕੱਠਾ ਹੁੰਦਾ ਵੀ ਲੋਕਾਂ ਵਿੱਚ ਇੱਕ ਤਰ੍ਹਾਂ ਦਾ ਡਰ ਆ ਜਾਂਦਾ ਹੈ ਵੀ ਮੈਂ ਜੇ ਚਿਕਨ ਕੰਜ਼ਿਊਮ ਕਰਾਂਗਾ ਜਾਂ ਅੰਡੇ ਕੰਜ਼ਿਊਮ ਕਰਾਂਗਾ ਤਾਂ ਮੈਨੂੰ ਇਹ ਬਿਮਾਰੀ ਹੋ ਸਕਦੀ ਹੈ ਬਟ ਇਹ ਲੋਕਾਂ ਦਾ ਵਹਿਮ ਦੂਰ ਹੋਣਾ ਚਾਹੀਦਾ ਹੈ ਵੀ ਐਵੇਂ ਦੀ ਕੋਈ ਬਿਮਾਰੀ ਨਹੀਂ ਵੀ ਜਿਹੜੀ ਆਪਾਂ ਨੂੰ ਚਿਕਨ ਖਾਣ ਦੇ ਨਾਲ ਲੱਗ ਜਾਏਗੀ ਜੇ ਆਪਾਂ ਪ੍ਰੋਪਰ ਆਪਣੀ ਇੰਡੀਅਨਸ ਦੇ ਕੁਕਿੰਗ ਦੀ ਰੈਸਪੀਜ਼ ਜਾਂ ਕੋ ਜਿਹੜਾ ਆਪਾਂ ਘਰ ਵੀ ਬਣਾਉਂਦੇ ਆ ਉਹਦੇ ਚਾਪਾਂ ਪ੍ਰੋਪਰ ਕੁਕਿੰਗ ਕਰਕੇ ਬਣਾਉਂਦੇ ਆ ਨਾ ਤਾਂ ਉਹਦੇ ਨਾਲ ਕੋਈ ਰਿਸਕ ਨਹੀਂਗਾ ਜੇ ਆਪਾਂ ਪ੍ਰੋਪਰ ਕੁਕਿੰਗ ਕਰਕੇ ਜਾਂ ਅੰਡੇ ਨੂੰ ਉਬਾਲ ਕੇ ਖਾਵਾਂਗੇ ਬਟ ਹਾਂ ਇਹਦੇ ਨਾਲ ਨਾਲ ਲੋਕਾਂ ਨੂੰ ਜ਼ਰੂਰ ਮੈਂ ਸਨੇਹਾ ਦੇ ਹਾਂ ਜਾਵਾਂਗਾ ਵੀ ਥੋੜੇ ਅਲਰਟਨੈਸ ਬੜੀ ਜ਼ਰ ਜ਼ਰੂਰੀ ਨਹੀਂ ਵੀ ਪੋਲਟਰੀ ਫਾਰਮੀ ਅਲਰਟ ਓਨ ਪਬਲਿਕ ਨੂੰ ਵੀ ਅਲਰਟ ਹੋਣਾ ਪਏਗਾ ਇਸ ਬਿਮਾਰੀ ਲਈ ਵੀ ਕੋਈ ਕਿਤੇ ਕੋਈ ਅਨਨੈਚੁਰਲ ਡੈਥਸ ਦੇਖਦੀਆਂ ਜਾਂ ਜਿਆਦਾ ਨੰਬਰ ਚ ਕਾਂ ਮਰੇ ਹੋਏ ਦੇਖਦੇ ਨੇ ਜਾਂ ਮਾਈਗਰੇਟਰੀ ਬਰਡਸ ਦੀ ਕਿਤੇ ਡੈਥ ਦੇਖਦੇ ਨੇ ਤਾਂ ਇਮੀਡੀਏਟਲੀ ਇਨਫੋਰਮ ਕੀਤਾ ਜਾਵੇ ਅੱਗੇ ਨਾ ਕਿ ਉਹਦਾ ਵੀਡੀਓਜ਼ ਬਣਾ ਕੇ ਸ਼ੇਅਰ ਕੀਤੀਆਂ ਜਾਣੀਆਂ ਪੈਨਿਕ ਕ੍ਰੀਏਟ ਕੀਤਾ ਜਾਏ ਸੋ ਗਵਰਨਰਟੀਜ਼ ਨੂੰ ਆਪਾਂ ਇਨਫਾਰਮ ਕਰੀਏ ਤਾਂ ਕਿ ਰੈਪਿਡ ਜਿਹੜਾ ਸਿਸਟਮ ਆਪਣਾ ਅਲਰਟ ਸਿਸਟਮ ਹੈ ਉਹ ਜਾਗਰੂਕ ਹੋ ਸਕੇ ਤੇ ਆਪਾਂ ਬਿਮਾਰੀ ਨੂੰ ਉੱਥੇ ਹੀ ਰੋਕ ਲਈਏ ਤਾਂ ਕਿ ਅੱਗੇ ਦੂਸਰੇ ਫਾਰਮਾਟਿਕ ਨਾ ਜਾਵੇ ਜੀ ਤੁਸੀਂ ਜਿਸ ਤਰੀਕੇ ਨਾਲ ਦੇਖਿਆ ਕਿ ਦੱਸਿਆ ਮੈਨੂੰ ਕਿ ਬਰਡਸ ਦੇ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ ਪਰ ਇਸ ਦਾ ਕੀ ਕਾਰਨ ਪਤਾ ਲੱਗਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬਿਮਾਰੀ ਜਿਹੜੀ ਉਹ ਡਵੈਲਪ ਹੋ ਪੈਂਦੀ ਹੈ ਐਕਚੁਅਲੀ ਇਹ ਬਿਮਾਰੀ ਜਿਹੜੀ ਇੱਕ ਵਾਇਰਸ ਹੈ ਇਨਫਲੂਐਂZA ਬਰਡ ਫਲੂ ਵਾਇਰਸ ਹੈ ਜਿਹੜਾ ਕਿ H5N1 ਇਨਫਲੂ ਇਹ ਵਾਇਰਸ ਦੇ ਕਈ ਸਟੇਨ ਨੇ ਤੇ ਜਿਹੜਾ ਬਰਡ ਫਲੂ ਬੇਸਿਕਲੀ H5N1 ਕਰਕੇ ਸਟੇਨ ਆ ਜਿਹੜਾ ਉਹਦੇ ਕਾਰਨ ਰਿਪੋਰਟ ਕੀਤਾ ਜਾਂਦਾ ਹੈ ਤੇ ਇਹ ਬਿਮਾਰੀ ਜਿਹੜੀ ਬਰਡਸ ਟੂ ਬਰਡਸ ਜਿਹੜੀ ਬੜੀ ਜਲਦੀ ਫੈਲਦੀ ਹੈ ਕਿਉਂਕਿ ਪੋਲਟਰੀ ਜਿਹੜੀ ਹੈ ਉਹ ਹਮੇਸ਼ਾ ক্লোਜ਼ ਕੰਟੈਕਟ ਚ ਰਹਿੰਦੀ ਹੈ ਹਨਾ ਵੀ ਕੇਜਸ ਚ ਹੋਣੀਆਂ ਭਾਵੇਂ ਓਪਨ ਡੀਪ ਲੀਟਰ ਸਿਸਟਮ ਚ ਹੋਣ ਉਹਦੇ ਚ ਪੋਲਟਰੀ ਇੱਕ ਦੂਜੇ ਨਾਲ ਟੱਚ ਚ ਹੈ ਤੇ ਜੇ ਆ ਬਿਮਾਰੀ ਐਂਟਰ ਕਰਦੀ ਹੈ ਤਾਂ ਸਪਰੈਡ ਬੜੀ ਜਲਦੀ ਹੁੰਦੀ ਹੈ ਇੱਕ ਬਰਡ ਤੋਂ ਦੂਸਰੇ ਬਰਡ ਤੱਕ ਤੇ ਸਿਮਿਲਰ ਏਜ ਗਰੁੱਪ ਦੇ ਹੁੰਦੇ ਨੇ ਸਿਮਿਲਰ ਟਾਈਪ ਦੀ ਇਮਿਊਨਿਟੀ ਹੁੰਦੀ ਹੁੰਦੀ ਉਹਨਾਂ ਦੀ ਤੇ ਜੇ ਫਾਰਮ ਦੇ ਐਂਟਰੈਂਸ ਹੋ ਜੇ ਫਿਰ ਥੋੜੀ ਆਪਾਂ ਨੂੰ ਪਰੇਸ਼ਾਨੀ ਕਰ ਸਕਦੀ ਹੈ ਜੀ ਬਿਲਹਾਲ ਪੰਜਾਬ ਵਿੱਚ ਬਰਡ ਫਲੂ ਦੀ ਦਸਤਕ ਨਹੀਂ ਹੋਈ ਹੈ ਅਤੇ ਜੇ ਇਸ ਤਰੀਕੇ ਦੇ ਨਾਲ ਹੀ ਸੂਚਵਾਨ ਹੋ ਕੇ ਵੀ ਅਸੀਂ ਆਪਣੇ ਸੇਵਨ ਦਾ ਉਪਯੋਗ ਜਿਹੜਾ ਹੈ ਉਹ ਆਪਣੇ ਹੱਥ ਰੱਖਾਂਗੇ ਅਤੇ ਹਰ ਇੱਕ ਚੀਜ਼ ਨੂੰ ਵਧੀਆ ਤਰੀਕੇ ਦੇ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਹੀ ਉਸ ਦਾ ਇਸਤੇਮਾਲ ਕਰ ਸਕਦੇ ਹਾਂ ਅਤੇ ਵਧੀਆ ਪ੍ਰੀਕਾਸ਼ਨਸ ਲੈ ਸਕਦੇ ਹਾਂ ਸੋ ਬਰਡ ਫਲੂ ਦੀ ਜਿਹੜੀ ਬਿਮਾਰੀ ਹੈ ਪੰਜਾਬ ਵਿੱਚ ਦਸਤਕ ਨਹੀਂ ਦੇ ਸਕਦੀ ਪਰ ਉਸ ਲਈ ਤੁਹਾਨੂੰ ਆਪ ਨੂੰ ਵੀ ਥੋੜਾ ਬਹੁਤ ਸਮਝਦਾਰ ਹੋਣਾ ਪਏਗਾ ਕੈਮਰਾਮੈਨ ਪਵਨ ਦੇ ਨਾਲ ਮੈਂ ਸ਼ਫਾਲੀ ਦੈਨਿਕ ਸਵੇਰਾ ਟੀਵੀ ਲੁਧਿਆਣਾ 올 ਵਰਲਡ ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री फ्री फ्री, फ्री मिया रफीक मोहम्मद मोबाइल 8473949647 8473949648